ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਪੁੱਛਦੇ ਰਹਿੰਦੇ ਹੋ ਕਿ ਥਰਡ SHSG ਕੇਅਰ ਸੈਂਟਰ ਦਾ ਕੰਮ ਕਿੱਥੇ ਤੱਕ ਪਹੁੰਚ ਗਿਆ। ਆਲਮੋਸਟ ਕੰਪਲੀਟ ਹੈ, ਸ਼ਾਇਦ ਹਫ਼ਤੇ 10 ਦਿਨ ਤੱਕ ਹੋ ਜਾਵੇ ਪੂਰਾ ਕੰਪਲੀਟ, ਹੈ ਨਾ। ਅਵੀਰ ਹੁਣੀ ਦੇਖ ਲਓ ਆਪ ਸਪਾਈਨਲ ਕੋਡ ਇੰਜਰਡ ਹੈ, ਬਟ ਸਰਵਮੈਂਟਰੀ ਦੇ ਪਲੇਟਫਾਰਮ ਲਈ ਅਲੱਗ ਅਲੱਗ ਤਰੀਕੇ ਸੇਵਾ ਨਿਭਾਉਂਦੇ ਰਹਿੰਦੇ ਹਨ, ਤਾਂ ਕਿ ਹੋਰ ਜੋ ਸਪਾਈਨਲ ਕੋਡ ਇੰਜਰਡ ਪੇਸ਼ੈਂਟ ਅਤੇ ਬਾਕੀ ਪੇਸ਼ੈਂਟ ਹੈ ਉਹਨਾਂ ਦੀ ਸੇਵਾ ਦੇ ਵਿੱਚ ਹਿੱਸਾ ਕਿਸੇ ਨਾ ਕਿਸੇ ਰੂਪ 'ਚ ਪਾ ਸਕੀਏ। ਸੋ ਵਾਹਿਗੁਰੂ ਜੀ। ਸੰਗਤ ਜੀ, ਤੁਹਾਡੀ ਜੋ ਮਿਹਨਤ ਦੀ ਕਮਾਈਆਂ 'ਚੋਂ ਕੱਢੇ ਹੋਏ 10ਵਾਂ ਸੀ, ਉਹਦੇ ਨਾਲ ਇਹ ਥਰਡ ਸੈਂਟਰ ਨੀਅਰ ਟੂ ਕੰਪਲੀਸ਼ਨ ਹੈ, ਸ਼ਾਇਦ 5 ਤੋਂ 10 ਦਿਨਾਂ ਦੇ ਵਿੱਚ ਇਹ ਕੰਮ ਇੱਥੇ ਸਟੋਪ ਹੋ ਜਾਏਗਾ। ਤੁਹਾਨੂੰ ਅੰਦਰ ਗੇੜਾ ਵੀ ਵਜਾ ਦੇਣਾ, ਤੁਸੀਂ ਦੇਖ ਪਾ ਰਹੇ ਹੋ ਕਿ ਤੁਸੀਂ ਇਕੱਠੇ ਹੋ ਕੇ ਸੰਗਤ ਰੂਪ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਇੱਦਾਂ ਦੇ ਸੈਂਟਰ ਦਾ ਨਿਰਮਾਣ ਕਰਾਉਣ ਦੇ ਵਿੱਚ ਕਾਮਯਾਬ ਹੋਏ ਹੋ, ਜੋ ਕਿ ਬਹੁਤ ਸਾਰੇ ਹੈ ਨਾ ਲੈਸ ਪ੍ਰਿਵਿਲੇਜ ਔਰ ਹੁਣ ਵੀ 79 ਸੈਕਟਰ ਮੋਹਾਲੀ ਤੋਂ ਇੱਕ ਲੇਡੀ ਪਈ ਹੈ, 2 ਦਿਨ ਤੋਂ ਸੜਕ 'ਤੇ ਪਈ ਹੈ, 2 ਦਿਨ ਤੋਂ ਲੇਡੀ ਹੈ ਨਾ, ਉਹਦਾ ਵੀਡੀਓ ਬਣਾ ਕੇ ਲੋਕਾਂ ਨੇ ਭੇਜਿਆ ਕਿ ਬਈ ਲੋੜ ਹੈ ਇਸ ਤਰ੍ਹਾਂ ਦੀ, ਹੈ ਨਾ। ਸੋ ਇਸ ਤਰੀਕੇ ਨਾਲ ਇਹ ਉਹਨਾਂ ਲਈ ਬਣਾਇਆ ਤੁਸੀਂ। ਸੋ ਬਹੁਤ ਇਹ ਸਿਕਿਉਰਿਟੀ ਰੂਮਸ ਨੇ ਸਾਰੇ, ਹੈ ਨਾ, ਇਹ ਆਫਿਸ ਸਪੇਸ ਹੈ, ਵਾਸ਼ਰੂਮਸ ਨੇ, ਇਹ ਥੱਲੇ ਹਾਲ ਨੇ, ਉੱਪਰ ਹਾਲ ਨੇ, ਤੁਹਾਨੂੰ ਦਿਖਾ ਚੁੱਕਿਆ ਮੈਂ, ਥੋੜ੍ਹਾ ਜਿਹਾ ਹੋਰ ਅੱਗੇ ਜਾ ਕੇ ਇੱਕ ਵਾਰੀ ਚੰਗੀ ਤਰ੍ਹਾਂ ਦਿਖਾ ਦਿੰਦਾ। ਬਟ ਹਾਂ, ਇੱਥੇ ਹਲੇ ਵੀ ਸੇਵਾ ਸਹਿਯੋਗ ਦੀ ਲੋੜ ਹੈ, ਤੁਹਾਡੇ ਸਾਥ ਦੀ ਲੋੜ ਹੈ। ਛੋਟੇ ਛੋਟੇ ਜੋ ਆਰਟੀਕਲਸ ਅੰਦਰ ਲੱਗਣੇ ਨੇ ਬਹੁਤ ਤਰੀਕੇ ਦੀਆਂ, ਉਹ ਵੀ ਨਾਲ ਨਾਲ ਲੱਗਣੀਆਂ ਨੇ, ਅਤੇ ਕਿਤੇ ਨਾ ਕਿਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਬਹੁਤ ਸਾਰੀਆਂ, ਹੈ ਨਾ। ਕੰਸਟਰਕਸ਼ਨ ਮਟੀਰੀਅਲ ਦੇ ਵਿੱਚ ਨਹੀਂ, ਚਾਹੇ ਉਹ ਟਿਊਬਲਾਈਟਸ ਤੋਂ ਲੈ ਕੇ ਬੱਲਬ ਲੱਗਣੇ ਨੇ, ਚਾਹੇ ਫੈਨਸ ਦੀ ਸੇਵਾ ਚਾਹੀਦੀ ਹੈ, LED ਲੱਗਣੀਆਂ ਨੇ, 6 ਕੈਮਰਾ ਸੈਟਅਪ ਲੱਗਣੇ ਨੇ, ਵਾਸ਼ਿੰਗ ਮਸ਼ੀਨਸ ਲੱਗਣੀਆਂ ਨੇ, ਉਹ ਕਿਚਨ ਹੈ, ਕਿਚਨ ਦੇ ਵਿੱਚ ਬਹੁਤ ਸਾਰਾ ਕਿਚਨ ਆਰਟੀਕਲਸ ਹੁੰਦੇ ਆ, ਚੁੱਲ੍ਹੇ ਤੋਂ ਲੈ ਕੇ ਗੈਸ ਸਿਲੰਡਰਸ ਤੋਂ ਲੈ ਕੇ ਭਾਂਡੇ ਹੋਣ, ਹਰੇਕ ਤਰ੍ਹਾਂ ਦੇ, ਉਹ ਸਾਰਾ ਕੁਝ ਲੱਗਣ ਵਾਲਾ ਹੈ। ਅਤੇ ਦਰਵਾਜ਼ੇ ਮੇਰੇ ਖਿਆਲ ਨਾਲ ਅਗਲੇ 5-7 ਦਿਨਾਂ ਦੇ ਵਿੱਚ ਆ ਜਾਣਗੇ, ਉਹ ਵੀ ਸੰਗਤ ਦੇ ਵਿੱਚੋਂ ਸੇਵਾ ਨਿਭਾਈ ਹੈ, ਬਹੁਤ ਸ਼ੁਕਰੀਆ ਦਾ ਉਸ ਸ਼ਖਸ ਦਾ, ਇਕੱਲੇ ਇਕੱਲੇ ਸੰਗਤ ਦੇ ਰੂਪ ਦੇ ਵਿੱਚ ਤੁਸੀਂ ਸਾਰਿਆਂ ਨੇ ਇਹ ਸੇਵਾ ਨਿਭਾਈ ਹੈ। ਇਹ ਆਫਿਸ ਸਪੇਸ ਹੈ, ਅਟੈਚ ਵਾਸ਼ਰੂਮਸ ਨੇ ਸਾਰੇ, ਹੈ ਨਾ, ਟਾਈਲ ਵਰਕ ਕੰਪਲੀਟ ਹੋ ਚੁੱਕਿਆ ਸਾਰਾ। ਸੋ ਉਹ ਫਸਟ ਫਲੋਰ 'ਤੇ ਵੀ ਦਿਖਾ ਦਿੰਦਾ। ਇਹ ਬੈਕ ਸਪੇਸ ਹੈ ਜਿੱਥੇ ਕਿਚਨ ਦੇ ਨਾਲ ਆ, ਜਿੱਥੇ ਸਾਰੇ ਭਾਂਡੇ ਮਾਂਜੇ ਜਾਣਗੇ, ਹੈ ਨਾ, ਇੱਥੇ ਭਾਂਡਿਆਂ ਦੀ ਸੇਵਾ ਰਹੇਗੀ। ਅਤੇ ਇੱਥੇ ਸਾਰਾ 2 ਚੁੱਲ੍ਹੇ ਬਣਨਗੇ, ਅਤੇ ਪਾਥੀਆਂ ਲੱਕੜਾਂ ਦੀ ਸੇਵਾ ਪਿੰਡ ਵਾਲਿਆਂ ਨੂੰ ਬੇਨਤੀ ਕਰਿਆ ਕਰਾਂਗੇ, ਉਹ ਸੇਵਾ ਨਿਭਾਉਣਗੇ ਇੱਥੇ ਚੁੱਲ੍ਹਿਆਂ 'ਤੇ। ਸੋ ਗੈਸ ਸਿਲੰਡਰ ਦੀ ਬੱਚਤ ਹੋ ਸਕੇ, ਇੱਥੇ ਸਾਰਾ ਘਾਹ ਲੱਗ ਜਾਏਗਾ, ਬੈਕ ਏਰੀਆ, ਫਰੰਟ 'ਤੇ ਵੀ 2 ਜਗ੍ਹਾ ਘਾਹ ਹੈ, ਬਹੁਤ ਸੋਹਣਾ, ਹੈ ਨਾ। ਸੋ ਗ੍ਰੀਨਰੀ ਨੂੰ ਖਾਸ ਇਹ ਸੈਂਟਰ ਦੇ ਵਿੱਚ ਵੀ ਗ੍ਰੀਨਰੀ ਹੈ ਸਾਰੀ, ਇਹ ਸਾਰੀ ਇੱਥੇ ਗ੍ਰੀਨਰੀ ਰਹਿਣੀ ਹੈ। ਅਤੇ ਇੱਕ ਸੱਜਣ ਸੀਗੇ, ਉਹਨਾਂ ਨੇ ਕਾਫੀ ਪਹਿਲਾਂ ਮੈਨੂੰ ਸੇਵਾ ਕਹੀ ਸੀ, ਅਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਨੂੰ ਇੱਥੇ ਇੱਕ ਫਿਸ਼ ਐਕੁਆਰੀਅਮ ਲਵਾ ਦਿਓ, ਨਾ। ਅਤੇ ਉਹ ਸੱਜਣ ਨੂੰ ਫੋਨ 'ਤੇ ਮੇਰੀ ਗੱਲ ਹੋਈ ਸੀ, ਔਰ ਉਹ ਬੜੀ ਜਲਦੀ ਇੱਥੇ ਇੱਕ ਲੰਬਾ ਫਿਸ਼ ਐਕੁਆਰੀਅਮ ਦੀ ਸੇਵਾ ਨਿਭਾ ਕੇ ਦੇਣ ਲੱਗੇ ਹੈ। ਐਕਚੁਲੀ ਉਹਨਾਂ ਦਾ ਬਿਜ਼ਨਸ ਹੈ ਨਾ ਇਹ, ਅਤੇ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਸੇਵਾ ਨਿਭਾ ਕੇ ਦਿਓ। ਅਤੇ ਉਹ ਫਿਸ਼ ਐਕੁਆਰੀਅਮ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਸੂਦਨੈਸ ਪੈਦਾ ਕਰਦੀ ਹੈ ਉਹਨਾਂ ਪੇਸ਼ੈਂਟਸ ਲਈ ਜੋ ਸਾਲੋਂ ਸਾਲ ਡਿਪਰੈਸ਼ਨ ਦੇ ਵਿੱਚ ਪਏ ਨੇ, ਘਰਾਂ ਦੇ ਵਿੱਚ ਬੰਦ ਨੇ, ਉਹਨਾਂ ਲਈ ਇੱਕ ਬਹੁਤ ਹੀ ਸ਼ਾਨਦਾਰ ਇਹ ਸੇਵਾ ਸਹਿਯੋਗ ਨਿਭਾਇਆ ਜਾਣਗਾ। ਇੱਥੇ ਬਹੁਤ ਹੀ ਸ਼ਾਨਦਾਰ ਵਿਊ ਹੈ, ਗੁਰਦੁਆਰਾ ਸਾਹਿਬ ਸਾਹਮਣੇ ਆ, ਤੁਸੀਂ ਦੇਖ ਪਾ ਰਹੇ ਹੋ, ਔਰ ਪਿੱਛੇ ਬਹੁਤ, ਇੱਥੇ ਕੂਲਰਸ ਤੱਕ ਨਹੀਂ ਲਗਾਏ ਗਏ, ਏਸੀ ਤਾਂ ਬਹੁਤ ਦੂਰ ਦੀ ਗੱਲ ਹੈ, ਕੂਲਰਸ ਤੱਕ ਨਹੀਂ ਲਗਾਏ ਗਏ, ਕਿਉਂਕਿ ਬਿਲਡਿੰਗ ਦਾ ਜੋ ਨਿਰਮਾਣ ਕੀਤਾ ਹੈ ਮਰਵਾਹਾ ਆਰਕੀਟੈਕਟਸ ਨੇ, ਉਹਦਾ ਡਿਜ਼ਾਇਨ ਕੀਤਾ ਹੈ, ਉਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ, ਪੂਰੇ ਹੈ ਨਾ ਡਾਇਰੈਕਸ਼ਨਸ ਜੋ ਵੀ ਆਰਕੀਟੈਕਚਰ ਜੋ ਪੈਰਾਮੀਟਰਸ ਹੋਣਗੇ ਉਹ ਰਿਕੁਆਇਰ ਹੈ ਨਾ, ਉਹਦੇ ਅਕੋਰਡਿੰਗ ਡਿਜ਼ਾਇਨ ਕੀਤਾ। ਇੱਥੇ ਤਾਂ ਕੂਲਰਸ ਤੱਕ ਦੀ ਲੋੜ ਹੀ ਨਹੀਂ ਹੈ, ਇੰਨੀ ਜ਼ਿਆਦਾ ਸ਼ਾਨਦਾਰ ਖੁੱਲ੍ਹੀ ਹਵਾ ਚੱਲਦੀ ਹੈ। ਇਹ ਸੈਕਿੰਡ ਫਲੋਰ ਚਲੇ ਜਾਂਦਾ ਉਹ। ਸੋ ਇਹ ਸਾਰਾ ਟਾਈਲ ਵਰਕ ਵਗੈਰਾ ਕੰਪਲੀਟ ਹੋ ਚੁੱਕਿਆ, ਸਫਾਈਆਂ ਵਗੈਰਾ ਹੋਣੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ। ਸੰਗਤ ਰੂਪ ਦੇ ਵਿੱਚ ਕੀਰਤਨ ਦੀ ਸੇਵਾ ਗੁਰੂ ਸਾਹਿਬ ਲੈਣ, ਇੱਥੇ ਬੈਠ ਕੇ ਫਸਟ ਫਲੋਰ 'ਤੇ ਜਾਂ ਗਰਾਊਂਡ ਫਲੋਰ 'ਤੇ ਸੇਵਾ ਸਹਿਯੋਗ ਚੱਲਿਆ ਕਰੇਗਾ, ਹੈ ਨਾ। ਇਹ ਉੱਪਰ ਹਲੇ ਉਹ ਬੰਦ ਹੋਣਾ, ਪੂਰਾ ਫਾਈਬਰ ਪੈਣੀ ਹੈ 3 ਫੁੱਟ 'ਤੇ ਚੱਕ ਕੇ, ਉਹ ਵੀ ਪੈ ਜਾਣੀ ਜਲਦੀ। ਸੋ ਇਹ ਸਾਰਾ ਸੇਵਾ ਸਹਿਯੋਗ ਰਹਿਣ ਵਾਲਾ ਹੈ। ਇਹ ਫਿਜ਼ੀਓਥੈਰੇਪੀ ਹਾਲਸ ਨੇ ਬਹੁਤ ਵਧੀਆ। ਸੋ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇੰਨੀ ਸਾਰੀ ਸੇਵਾ ਦੇ ਵਿੱਚ ਲਗਾਤਾਰ ਸਹਿਯੋਗ ਦਿੱਤਾ। ਹੁਣ ਇੰਟਰਨਲ ਆਰਟੀਕਲਸ ਲੱਗਣੇ ਨੇ ਤਰ੍ਹਾਂ ਤਰ੍ਹਾਂ ਦੇ, ਉਸਦੇ ਵਿੱਚ ਸੇਵਾ ਬਹੁਤ ਸਹਿਯੋਗ ਜ਼ਰੂਰ ਚਾਹੀਦਾ ਹੋਏਗਾ, ਚਾਹੇ ਉਹ ਟੇਬਲ ਨੇ, ਹੈ ਨਾ, ਅਤੇ ਆਫਿਸ ਟੇਬਲਸ ਤੋਂ ਲੈ ਕੇ ਭਾਂਡੇ, ਆਪਾਂ ਸਮਝ ਸਕਦੇ ਹਾਂ ਕਿਆ ਕਿਆ ਲੱਗ ਸਕਦਾ। ਗੀਜ਼ਰਸ ਲੱਗਣੇ ਨੇ ਮੈਨੂੰ ਕਾਲੀ, ਜਿਹੜੇ ਪੇਸ਼ੈਂਟਸ ਬੈੱਡ ਸੋਰਸ ਵਾਲੇ ਹੋਣਗੇ, ਪੈਂਥਪੁਰ ਅਤੇ ਰਤਵਾੜੇ ਇੱਕ ਲਿਮਿਟਡ ਸਪੇਸ ਹੁੰਦੀ ਸੀ, ਇੱਕ ਲਿਮਿਟਡ ਇਨਫਰਾਸਟਰਕਚਰ ਸੀਗਾ ਸਰਵ ਮੈਟੀਰੀਅਲ ਪਲੇਟਫਾਰਮ ਕੋਲ, ਔਰ ਇੱਥੇ ਬਾਹਰ ਸਟੈਚਰ ਕੱਢੇ, ਇੱਥੇ ਸਟੈਚਰ ਕਾਫੀ ਹੋਣ, ਸਟੈਚਰਸ ਦੀ ਸੇਵਾ ਚਾਹੀਦੀ ਹੈ ਵਾਹਿਗੁਰੂ, ਸਟੈਚਰਸ ਦੀ ਸੇਵਾ ਚਾਹੀਦੀ ਹੈ। IV ਸਟੈਂਡਸ ਤੋਂ ਲੈ ਕੇ ਕਾਫੀ ਕੁਛ ਲੱਗਣਾ, ਸਟੈਚਰਸ ਬਾਹਰ ਆ ਕੇ ਇੱਥੇ ਸਰਦੀਆਂ ਦੇ ਵਿੱਚ ਧੁੱਪ ਵੀ ਸੇਕ ਸਕਦੇ ਨੇ।
ਸੋ ਬਹੁਤ ਬਹੁਤ ਸ਼ੁਕਰੀਆ ਸੰਗਤ ਰੂਪ ਦੇ ਵਿੱਚ ਤੁਸੀਂ ਸ਼ਾਨਦਾਰ ਬੜੀ ਸੇਵਾ ਨਿਭਾਈਆਂ ਨੇ ਇਹ ਇੱਕ ਸਟੋਰ ਹੈ ਇਹਦੇ ਥੱਲੇ ਵੀ ਇੱਕ ਸਟੋਰ ਹੈ ਰਤਵਾੜੇ ਔਰ ਪੈਂਸਪੁਰ ਅਸੀਂ ਸ਼ਾਇਦ 5 ਜਾਂ 6 ਸਟੋਰ ਯੂਜ਼ ਕਰਦੇ ਸੀਗੇ 6 ਸਟੋਰ ਤਾਂ ਵੀ ਘੱਟ ਪੈਂਦੇ ਸੀ ਇੱਥੇ 3 ਵੱਡੇ ਵੱਡੇ ਸਟੋਰ ਹਾਊਸਿਸ ਬਣਾਏ ਗਏ ਨੇ ਜਿੱਥੇ ਬਹੁਤ ਤਰੀਕੇ ਦੀ ਸੇਵਾ ਸਹਿਯੋਗ ਚੱਲੇਗਾ ਇਸ ਇਲਾਕੇ ਦੇ ਵਿੱਚ 5 ਤੋਂ 10 ਕਿਲੋਮੀਟਰ ਦੇ ਪਿੰਡਾਂ ਦੇ ਵਿੱਚ ਹਰੇਕ ਪਿੰਡ 'ਚੋਂ 5-5 ਉਹ ਵਿਡੋ ਲੇਡੀਜ਼ ਜੋ ਬਿਲਕੁਲ ਪੂਅਰ ਸੈਕਸ਼ਨ ਤੋਂ ਬਿਲੋਂਗ ਕਰਦੀਆਂ ਨੇ ਉਹਨਾਂ ਦੀ ਰਾਸ਼ਨ ਸੇਵਾਵਾਂ ਨਿਭਾਈ ਜਾਣਗੀਆਂ ਇੱਥੋਂ ਹੈ ਨਾ ਹਰੇਕ ਮਹੀਨੇ ਦੇ ਪਹਿਲੇ ਹਫ਼ਤੋਂ ਇਹ ਫਸਟ ਫਲੋਰ 'ਤੇ ਛੋਟੀ ਜਿਹੀ ਕਿਚਨ ਹੈ ਨਾ ਇਹ ਇੱਕ ਹਾਲ ਹੈ ਛੋਟਾ ਹੋਰ ਫਸਟ ਫਲੋਰ 'ਤੇ ਇੱਥੇ ਇੱਕ ਮਾਇੰਡ ਹੀਲਿੰਗ ਸੈਸ਼ਨਸ ਦੇ ਲਈ ਸ਼ਾਇਦ ਜਾਂ ਕੁਛ ਇਸ ਤਰ੍ਹਾਂ ਵੈਸੇ ਇਹ ਪੇਸ਼ੈਂਟਸ ਦੇ ਬੈਡਸ ਨੇ ਇੱਥੇ ਆਈ ਥਿੰਕ 5 ਬੈੱਡ ਦਾ ਹੈਗਾ ਇਹ ਔਰ ਇਸ ਦੇ ਨਾਲ ਇੱਕ ਨਰਸਿੰਗ ਸਟੇਸ਼ਨ ਹੈ ਅਟੈਚ ਵਾਸ਼ਰੂਮਸ ਨੇ ਵੱਡੇ ਤਾਂ ਕਿ ਵੀਲਚੇਅਰ ਬਿਲਕੁਲ ਘੁੰਮ ਸਕੇ ਉਸ ਹਿਸਾਬ ਨਾਲ ਬਣਾਏ ਜਾਂਦੇ ਹੈ ਜੋ ਦਰਵਾਜ਼ੇ ਹੈ ਸਾਰੇ 3 ਫੁੱਟ ਔਰ 3 ਫੁੱਟ ਤੋਂ ਉੱਪਰ ਰੱਖੇ ਗਏ ਹੈ ਤਾਂ ਕਿ ਜੋ ਵੀਲਚੇਅਰ ਹੈ ਆਰਾਮ ਨਾਲ ਵੜ ਸਕੇ ਤੁਸੀਂ ਦੇਖ ਪਾ ਰਹੇ ਹੋ ਸਾਰੀ ਕੈਮਰਾ ਦੀ ਤਾਰਾਂ ਔਰ ਜਿੰਨੀਆਂ ਵੀ ਬਾਕੀ ਤਾਰਾਂ ਹੋ ਚੁੱਕੀਆਂ ਨੇ ਸਪੀਕਰਸ ਦੀ ਤਾਰਾਂ ਸੋਰੀ ਸਪੀਕਰਸ ਅਤੇ ਕੈਮਰੇ ਦੀ ਤਾਰਾਂ ਪੈ ਚੁੱਕੀਆਂ ਨੇ ਬਿਜਲੀ ਤਾਰਾਂ ਪੈ ਚੁੱਕੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤ ਦਾ ਫਤਿਹ ਜੀ ਸਾਹਿਬ ਦਾ ਵੀਡੀਓ ਕਲੋਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ